ਪੰਜਾਬ ਵਿੱਚ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਇਸ ਦਾ ਅੰਦਾਜ਼ਾ ਇਸ ਘਟਨਾ ਤੋਂ ਲਗਾਇਆ ਜਾ ਸਕਦਾ ਹੈ ਜਦੋਂ ਜਲੰਧਰ ਦੇ ਮਿਲਾਪ ਚੌਂਕ ਦੇ ਕੋਲ ਰਿਕਸ਼ੇ 'ਤੇ ਜਾ ਰਹੀ ਇੱਕ ਔਰਤ ਤੋਂ ਲੁਟੇਰੇ ਉਸਦੇ ਗਲੇ ਵਿੱਚ ਪਾਈ ਸੋਨੇ ਦੀ ਚੇਨ ਨੂੰ ਝਵੱਟ ਮਾਰ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ CCTV ਕੈਮਰੇ ਵਿੱਚ ਕੈਦ ਹੋ ਗਈ। ਫਿਲਹਾਲ ਪੁਲਿਸ ਨੇ CCTV ਫੁਟੇਜ ਦੇ ਆਧਾਰ 'ਤੇ ਲੁਟੇਰਿਆਂ ਨੂੰ ਫੜਨ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ ਸ਼੍ਰੀਮਤੀ ਸੁਮਨ ਗਰੇਵਾਲ ਮਾਸੀ ਕੋਟ ਪਕਸ਼ੀਆਂ ਨੇ ਆ ਕੇ ਮੈਨੂੰ ਬਿਆਨ ਲਿਖਾਇਆ ਕਿ ਅੱਜ ਉਹ ਆਪਣੀ ਭੈਣ ਦੇ ਘਰੋਂ ਇਸਲਾਮਗੰਜ ਤੋਂ ਰਿਕਸ਼ੇ 'ਤੇ ਸਵਾਰ ਹੋ ਕੇ ਆਪਣੀ ਭਾਬੀ ਦੇ ਨਾਲ ਆਪਣੇ ਘਰ ਦੇ ਸਾਹਮਣੇ ਆਈ, ਤਾਂ ਜਦ ਉਹ ਰਿਕਸ਼ਾ ਤੋਂ ਉੱਤਰ ਕੇ ਆਪਣੇ ਘਰ ਦੇ ਅੰਦਰ ਵੜਨ ਲੱਗੀ ਤਾਂ ਪਿੱਛੇ ਤੋਂ ਦੋ ਮੋਟਰਸਾਈਕਲ ਸਵਾਰਾਂ ਨੇ ਆ ਕੇ ਉਸਦੇ ਗਲ ਵਿੱਚ ਪਈ ਚੈਨ ਝਪਟ ਮਾਰ ਕੇ ਖੋ ਕੇ ਲੈ ਗਏ। ਚੈਨ ਦਾ ਵਜ਼ਨ ਜਿਹੜਾ ਕਰੀਬ 2.5 ਤੋਲੇ ਦੇ ਕਰੀਬ ਆ, ਅਤੇ ਜਿਸ ਦੇ ਬਿਆਨ 'ਤੇ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ 'ਚ ਲਿਆਂਦੀ ਜਾ ਰਹੀ ਆ। CCTV ਦੀ ਫੁਟੇਜ ਚੈੱਕ ਕੀਤੀ ਜਾ ਰਹੀ ਆ ਅਤੇ ਦੋਸ਼ੀਆਂ ਨੂੰ ਜਲਦੀ ਆਈਡੈਂਟੀਫਾਈ ਕਰਕੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਮੋਟਰਸਾਈਕਲ 'ਤੇ ਦੋ ਮੁੰਡੇ ਨੌਜਵਾਨ ਸਵਾਰ ਨਜ਼ਰ ਆਉਂਦੇ ਆ CCTV ਫੁਟੇਜ ਵਿੱਚ, ਪਰ ਦੂਰ ਤੋਂ ਹੋਣ ਕਰਕੇ ਉਹਨਾਂ ਦੇ ਚਿਹਰੇ ਜਿਹੜੇ ਸਪਸ਼ਟ ਨਹੀਂ ਪਹਿਚਾਨੇ ਜਾਂਦੇ, ਉਹਨਾਂ ਨੂੰ ਪਹਿਚਾਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੋਟਰਸਾਈਕਲ ਦਾ ਨੰਬਰ ਵੀ ਜਿਹੜਾ ਵਾ ਉਹ ਨਹੀਂ ਪੜਿਆ ਜਾ ਰਿਹਾ, ਉਹਨਾਂ ਨੇ ਉਹਦੇ 'ਤੇ ਨੰਬਰ ਪਲੇਟ 'ਤੇ ਕੁਛ ਮਿਲਿਆ ਲੱਗਦਾ ਵਾ, ਇਹ ਕਰਕੇ ਥੋੜ੍ਹੀ ਪਹਿਚਾਣ ਕਰਨ 'ਚ ਮੁਸ਼ਕਲ ਆ ਰਹੀ ਹੈ। ਫਿਰ ਵੀ ਸਾਡੀ ਪੂਰੀ ਕੋਸ਼ਿਸ਼ ਜਾਰੀ ਆ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਆਈਡੈਂਟੀਫਾਈ ਕਰਕੇ ਗ੍ਰਿਫਤਾਰ ਕੀਤਾ ਜਾਵੇ। ਹਾਂ, ਦੱਸ ਲਈ ਪਿੱਛੇ ਤੋਂ ਵੀ ਉਹਨਾਂ ਨੇ ਇੱਕ ਦੋ ਵਾਰੀ ਸਾਡੇ ਲਾਗੇ ਮੋਟਰਸਾਈਕਲ ਕੀਤਾ ਸੀ, ਪਰ ਅਸੀਂ ਇਹਨੂੰ ਨੋਰਮਲ ਸਮਝੀ ਵੀ ਕਈ ਵਾਰੀ ਓਵਰਟੇਕ ਕਰਨ ਲੱਗੇ, ਕਈ ਆਉਂਦੇ ਜਾਂਦੇ ਰਹਿੰਦੇ ਨੇ, ਇੰਨਾ ਜ਼ਿਆਦਾ ਧਿਆਨ ਨਹੀਂ ਦਿੱਤਾ, ਕਿਸ ਤਰ੍ਹਾਂ ਦਾ ਉਹਨੂੰ ਸ਼ੱਕ ਨਹੀਂ ਪਿਆ। ਪਰ ਜਦੋਂ ਘਰ ਦੇ ਲਾਗੇ ਆ ਕੇ ਉਹਨਾਂ ਕੋਲੋਂ ਖੋ ਕੇ ਲੈ ਗਏ ਤਾਂ ਫਿਰ ਉਹਨਾਂ ਨੂੰ ਮਹਿਸੂਸ ਹੋਇਆ ਕਿ ਇਹੀ ਬੰਦੇ ਸਾਡੇ ਲਾਗੇ ਪਹਿਲਾਂ ਵੀ ਕੋਸ਼ਿਸ਼ ਕਰ ਚੁੱਕੇ ਨੇ ਰਸਤੇ ਵਿੱਚ। ਹਾਂਜੀ ਹਾਂਜੀ, ਕੋਈ 2.5 ਤੋਲੇ ਦੇ ਕਰੀਬ ਭਜਨ ਦੱਸਿਆ ਜੀ ਉਹਨੂੰ।